69th National Film Awards ਦੇ ਵਿੱਚ ਪੰਜਾਬ ਨਾਲ ਜੁੜੀ ਅਹਿਮ ਫਿਲਮ ਨੇ ਲੁੱਟਿਆ ਮੇਲਾ। Netflix ਤੇ ਬਣੇਗੀ ਪਹਿਲੀ ਪਾਕਿਸਤਾਨੀ ਵੈਬ ਸੀਰੀਜ਼। ਅਕਸ਼ੇ ਕੁਮਾਰ ਨੇ ਦਿੱਤਾ ਪੰਜਾਬੀ ਫਿਲਮ ਮਸਤਾਨੇ ਨੂੰ ਹੁੰਗਾਰਾ ਅਤੇ ਕਦਰ ਦੇ ਮਿਊਜ਼ਿਕ ਕੰਪੋਜ਼ਰ ਉੱਤਮ ਸਿੰਘ ਹੋਏ ਕਦਰ 2 ਦੇ ਮੇਕਰਸ ਤੋਂ ਨਾਰਾਜ਼। ਸਤਿ ਸ਼੍ਰੀ ਅਕਾਲ, ਮੈਂ ਹਾਂ ਤਾਹਿਰਾ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਐਂਟਰਟੇਨਮੈਂਟ ਰੈਪ, ਜਿੱਥੇ ਮੈਂ ਤੁਹਾਨੂੰ ਦੱਸਾਂਗੀ ਕਿ ਇਸ ਪੂਰੇ ਹਫ਼ਤੇ ਪੰਜਾਬੀ ਸਿਤਾਰਿਆਂ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਹੋਇਆ। 69th National Film Awards ਦੇ ਵਿੱਚ ਸਰਦਾਰ ਉਧਮ ਸਿੰਘ ਨੂੰ 5 ਅਵਾਰਡ ਮਿਲੇ। ਫਿਲਮ ਨੂੰ ਬੈਸਟ ਹਿੰਦੀ ਫਿਲਮ ਦਾ ਅਵਾਰਡ ਮਿਲਿਆ ਤੇ ਬਾਕੀ ਦੇ ਅਵਾਰਡ ਸਾਊਂਡ, ਸਿਨੇਮੈਟੋਗ੍ਰਾਫੀ, ਪ੍ਰੋਡਕਸ਼ਨ ਡਿਜ਼ਾਈਨ ਤੇ ਕੋਸਟਿਊਮ ਡਿਜ਼ਾਈਨ ਨੂੰ ਮਿਲੇ। ਫਿਲਮ ਦੇ ਵਿੱਚ ਵਿੱਕੀ ਕੌਸ਼ਲ ਨੇ ਸਰਦਾਰ ਉਧਮ ਸਿੰਘ ਦਾ ਮੁੱਖ ਕਿਰਦਾਰ ਨਿਭਾਇਆ ਸੀ। ਫਿਲਮ ਦਾ ਨਿਰਦੇਸ਼ਨ ਸ਼ੂਜੀਤ ਸਰਕਾਰ ਨੇ ਕੀਤਾ ਸੀ। ਸ਼ੂਜੀਤ ਸਰਕਾਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਇਹ ਅਵਾਰਡ ਇਰਫਾਨ ਖਾਨ ਨੂੰ ਡੈਡੀਕੇਟ ਕਰਦੇ ਨੇ ਕਿਉਂਕਿ ਉਹ ਚਾਹੁੰਦੇ ਸੀ ਕਿ ਪਹਿਲਾਂ ਇਰਫਾਨ ਖਾਨ ਹੀ ਇੱਕ ਕਿਰਦਾਰ ਨਿਭਾਉਣ। ਗਦਰ 2 ਨੇ ਇਸ ਹਫ਼ਤੇ 400 ਕਰੋੜ ਦੇ ਕਲੱਬ ਦੇ ਵਿੱਚ ਐਂਟਰੀ ਲਈ। ਇਸ ਤੋਂ ਬਾਅਦ ਸਨੀ ਦਿਓਲ ਨੇ ਇੰਸਟਾਗ੍ਰਾਮ ਤੇ ਵੀਡੀਓ ਸਾਂਝਾ ਕਰ ਸਾਰਿਆਂ ਦਾ ਧੰਨਵਾਦ ਕੀਤਾ। ਸਨੀ ਨੇ ਵੀਡੀਓ ਦੇ ਵਿੱਚ ਕਿਹਾ ਕਿ ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਫਿਲਮ ਇੰਨੀ ਕਮਾਈ ਕਰੇਗੀ। ਮੈਨੂੰ ਕਦੇ ਸੋਚਿਆ ਵੀ ਨਹੀਂ ਤਾਂ ਐਂਡ ਹਮ ਲੋਕ 400 ਪਲੱਸ ਕਰ ਚੁੱਕੇ ਹਨ, ਆਗੇ ਜਾਏਂਗੇ। ਬਟ ਇਹ ਸਭ ਆਪਣੀ ਵਜ੍ਹਾ ਸੇ ਹੁਆ ਕਿ ਆਪਕੋ ਰੋਲ ਫਿਲਮ ਪਸੰਦ ਆਇਆ, ਆਪਕੋ ਤਾਰਾ ਸਿੰਘ ਪਸੰਦ ਆਇਆ, ਸਕੀਨਾ ਪਸੰਦ ਆਇਆ, ਪੂਰਾ ਪਰਿਵਾਰ ਆਇਆ। ਇਸ ਲਈ ਥੈਂਕ ਯੂ, ਥੈਂਕ ਯੂ, ਥੈਂਕ ਯੂ। ਇਸ ਦੇ ਨਾਲ ਫਿਲਮ ਸਭ ਤੋਂ ਵੱਧ ਕਮਾਉਣ ਵਾਲੀ ਹੁਣ ਤੱਕ ਦੀ ਦੂਜੀ ਹਿੰਦੀ ਫਿਲਮ ਬਣ ਗਈ ਹੈ। ਹਾਲਾਂਕਿ ਪਹਿਲੀ ਫਿਲਮ ਦੇ ਕੰਪੋਜ਼ਰ ਉੱਤਮ ਸਿੰਘ ਨੇ ਨਾਰਾਜ਼ਗੀ ਜਤਾਈ ਹੈ ਫਿਲਮ ਦੇ ਮੇਕਰਸ ਤੋਂ। ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਸੀਕੁਅਲ ਦੇ ਵਿੱਚ ਉਹਨਾਂ ਦੇ 2 ਗਾਣਿਆਂ ਦਾ ਇਸਤੇਮਾਲ ਕੀਤਾ ਗਿਆ, ਪਰ ਗਾਣਿਆਂ ਦੇ ਇਸਤੇਮਾਲ ਲਈ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਉਹਨਾਂ ਨੂੰ ਘੱਟੋ ਘੱਟ ਇੱਕ ਵਾਰ ਮੇਰੇ ਤੋਂ ਪੁੱਛ ਤਾਂ ਲੈਣਾ ਚਾਹੀਦਾ ਸੀ ਮੇਰੇ ਗਾਣੇ ਇਸਤੇਮਾਲ ਕਰਨ ਤੋਂ ਪਹਿਲਾਂ। ਤਖਤ ਹੁਸਨ ਤੇ ਪੈਸੇ, ਪੰਜਾਬੀ ਫਿਲਮ ਮਸਤਾਨੇ ਇਸ ਹਫ਼ਤੇ ਰਿਲੀਜ਼ ਹੋਈ। ਫਿਲਮ ਨੇ ਪਹਿਲੇ ਦਿਨ 2,30,00,000 ਰੁਪਏ ਦਾ ਬਿਜ਼ਨਸ ਕੀਤਾ। ਰਿਲੀਜ਼ ਤੋਂ ਪਹਿਲਾਂ ਅਕਸ਼ੇ ਕੁਮਾਰ ਨੇ ਫਿਲਮ ਨੂੰ ਹੁੰਗਾਰਾ ਦਿੱਤਾ ਸੀ। ਅਕਸ਼ੇ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਫਿਲਮ ਸਿੱਖਾਂ ਦੀ ਬਹਾਦਰੀ ਤੇ ਆਧਾਰਿਤ ਹੈ। ਮਸਤਾਨੇ ਦੇ ਵਿੱਚ ਤਰਸੇਮ ਜੱਸੜ ਅਤੇ ਗੁਰਪ੍ਰੀਤ ਘੁੱਗੀ ਮੁੱਖ ਕਿਰਦਾਰਾਂ ਦੇ ਵਿੱਚ ਨੇ। ਫਿਲਮ ਉਸ ਸਮੇਂ ਦਾ ਦੌਰ ਦਰਸਾਉਂਦੀ ਹੈ ਜਦੋਂ ਸਿੱਖਾਂ ਨੇ ਨਾਦਰ ਸ਼ਾਹ ਦਾ ਸਾਹਮਣਾ ਕੀਤਾ ਸੀ। ਕਰਨ ਜੌਹਰ ਦੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਵਿੱਚ ਇੱਕ ਥਾਂ ਤੇ ਦਿਲਜੀਤ ਦੋਸਾਂਝ ਦੇ ਗਾਣੇ ਲਵਰ ਦਾ ਇਸਤੇਮਾਲ ਕੀਤਾ ਗਿਆ। ਕਰਨ ਜੌਹਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਨੇ ਇਹ ਗਾਣਾ ਦਿਲਜੀਤ ਤੋਂ ਕਿਵੇਂ ਮੰਗਿਆ ਸੀ। ਕਰਨ ਜੌਹਰ ਨੇ ਕਿਹਾ, ਮੈਂ ਦਿਲਜੀਤ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਇਹ ਗਾਣਾ ਚਾਹੀਦਾ ਹੈ, ਮੈਂ ਸੁਣਿਆ ਸੀ ਕਿ ਇਹ ਬਹੁਤ ਮਹਿੰਗਾ ਹੋਵੇਗਾ, ਪਰ ਦਿਲਜੀਤ ਨੇ ਮੈਨੂੰ ਕਿਹਾ ਕਿ ਤੁਸੀਂ ਪੁੱਛ ਵੀ ਕਿਉਂ ਰਹੇ ਹੋ, ਇਸ ਗਾਣੇ ਤੇ ਤੁਹਾਡਾ ਹੱਕ ਬਣਦਾ। Netflix ਨੇ ਆਪਣੀ ਪਹਿਲੀ ਪਾਕਿਸਤਾਨੀ ਵੈਬ ਸੀਰੀਜ਼ ਅਨਾਊਂਸ ਕੀਤੀ। ਸੀਰੀਜ਼ ਦਾ ਨਾਂ ਹੈ ਜੋ ਬੱਚੇ ਹੈ ਸੰਗ ਸਮੇਟ ਲੋ। ਸੀਰੀਜ਼ ਦੇ ਵਿੱਚ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਫਵਾਦ ਖਾਨ, ਮਾਹਿਰਾ ਖਾਨ ਅਤੇ ਸਨਮ ਨਜ਼ਰ ਆਉਣਗੇ। ਇਹ ਸੀਰੀਜ਼ ਉਰਦੂ ਦੀ ਇੱਕ ਨੋਵਲ ਤੇ ਆਧਾਰਿਤ ਹੈ। ਕੁਝ ਸਮਾਂ ਪਹਿਲਾਂ ਮਾਹਿਰਾ ਅਤੇ ਫਵਾਦ ਖਾਨ ਦੀ ਜੋੜੀ ਪੰਜਾਬੀ ਫਿਲਮ ਦ ਲੈਜੈਂਡ ਆਫ ਮੌਲਾ ਜੱਟ ਦੇ ਵਿੱਚ ਵੀ ਨਜ਼ਰ ਆਈ ਸੀ, ਜਿਸ ਨੂੰ ਖੂਬ ਪਸੰਦ ਕੀਤਾ ਗਿਆ। ਸੋ ਇਹ ਸੀ ਇਸ ਹਫ਼ਤੇ ਦਾ ਰੈਪ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਦਿਓ ਇਜਾਜ਼ਤ। ਬਾਏ ਬਾਏ।